ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਮੈਂ ਅੱਜ ਤੁਹਾਨੂੰ ਲੈ ਕੇ ਆਇਆ ਵਾਂ ਪੁਰਾਣਾ ਸ਼ਹਿਰ ਕੁਰੀ, ਸ਼ਹਿਰ ਕੁਰੀ। ਜੋ ਲੋਕ ਰਾਵਲਪਿੰਡੀ ਨਾਲ ਬਿਲੋਂਗ ਕਰਦੇ ਨੇ ਜਾਂ ਜਿਨ੍ਹਾਂ ਨੇ ਰਾਵਲਪਿੰਡੀ ਦੇ ਮੁਤਲਕ ਸੁਣ ਰੱਖਿਆ ਕਿ ਸਿੱਖ ਦੌਰ ਦਾ ਹੈੱਡਕੁਆਰਟਰ ਸੀ ਰਾਵਲਪਿੰਡੀ ਵਿੱਚ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਦੇ ਨਾਲ। ਮੇਰੇ ਇਹ ਲਹਿੰਦੇ ਪਾਸੇ ਉਹ ਦੂਰ ਜਿਹੜੇ ਵਿਊ ਤੁਹਾਨੂੰ ਨਜ਼ਰ ਆ ਰਹੇ ਨੇ, ਇਸ ਪਾਸੇ ਵੇ ਰਾਵਲਪਿੰਡੀ ਸ਼ਹਿਰ। ਰਾਵਲਪਿੰਡੀ ਸ਼ਹਿਰ ਹੈ ਅਤੇ ਇਸ ਪਾਸੇ ਵਸਾਇਆ ਗਿਆ ਨਵਾਂ ਸ਼ਹਿਰ ਟਵਿਨ ਸਿਟੀ ਦੇ ਨਾਮ ਤੋਂ, ਜਿਹਨੂੰ ਕਿ ਇਸਲਾਮਾਬਾਦ ਕਿਹਾ ਜਾਂਦਾ ਹੈ। ਮੈਂ ਇਸ ਵੇਲੇ ਤਕਰੀਬਨ 22 ਤੋਂ 24 ਕਿਲੋਮੀਟਰ ਦੇ ਫਾਸਲੇ 'ਤੇ ਹਾਂ ਇਸ ਵੇਲੇ ਇਸਲਾਮਾਬਾਦ ਤੋਂ, ਔਰ ਤਕਰੀਬਨ 28-1 ਕਿਲੋਮੀਟਰ ਦੂਰ ਜਿਹੜਾ ਹੈ ਉਹ ਰਾਵਲਪਿੰਡੀ ਤੋਂ ਹੈ। ਇਹ ਦੇਖੋ, ਇਹ ਨਿਊ ਬਿਲਡਿੰਗਸ ਜਿਹੜੀਆਂ ਨੇ ਇਹ ਕੁਰੀ ਸ਼ਹਿਰ ਦੇ ਬਾਹਰ ਬਣੀਆਂ ਹੋਈਆਂ ਨੇ ਜੀ। ਕੁਰੀ ਸ਼ਹਿਰ ਇਨਸਲੀ ਕਿਹਾ ਜਾਂਦਾ ਸੀ ਕਿ ਇਸ ਸ਼ਹਿਰ ਤੋਂ ਪਿੱਛੇ ਅਗਰ ਤੁਸੀਂ ਦੇਖੋ ਤਾਂ ਮਰੀ ਹੈ, ਕੋ ਮਰੀ, ਪਹਾੜੀ ਇਲਾਕਾ। ਅੱਜ ਵੀ ਇਹ ਜਗ੍ਹਾ ਦੇਖੋ ਕਿਤਨੀ ਪੁਰਸਕੂਨ ਹੈ ਔਰ ਕਿਤਨੀ ਹੈ। ਇਹਦੇ ਵਿੱਚ ਸਨਾਟਾ ਹੈ, ਇੱਥੇ ਬਹੁਤ ਜ਼ਿਆਦਾ ਨਹੀਂ, ਇੱਕ ਮਸ਼ੀਨ ਸਿਰਫ ਚੱਲ ਰਹੀ ਹੈ ਕੰਸਟਰਕਸ਼ਨ ਦੀ, ਕਿਉਂਕਿ ਇੱਥੇ ਬੈਰੀਆ ਇਨਕਲੇਵ ਬਣ ਚੁੱਕਿਆ ਹੈ। ਇਹਦੇ ਨਾਲ ਬਿਲਕੁਲ ਦੀਵਾਰਾਂ ਜੁੜ ਗਈਆਂ ਨੇ। ਇਹ ਜਗ੍ਹਾ ਜਿਹਨੂੰ ਕਿ ਲੋਕ ਸਿੱਖ ਦੌਰ ਦੀ ਬਾਰਾਦਰੀ ਕਹਿੰਦੇ ਨੇ, ਚਾਰ ਦਰਵਾਜ਼ੇ ਔਰ ਬਾਰਾਦਰੀ। ਮੈਂ ਤਾਂ ਝੂਠ 'ਤੇ ਇਤਬਾਰ ਨਹੀਂ ਕਰਦਾ, ਮੈਂ ਤਾਂ ਉਹ ਦਿਖਾਉਂਦਾ ਵਾਂ ਜੋ ਸੱਚ ਹੁੰਦਾ। ਆਓ ਮੈਂ ਜ਼ਰਾ ਤੁਹਾਨੂੰ ਖੁਦ ਕੋਲ ਲੈ ਜਾਂਦਾ ਵਾਂ ਕਿ ਵੀ ਇਹ ਬਾਰਾਦਰੀ ਹੈ ਜਾਂ ਚਾਰਦਰੀ ਹੈ। ਇਹ ਐਂਸ਼ੰਟ ਗੁਰਦੁਆਰਾ ਹੈ, ਸੰਤ ਸੰਗਤ ਦੀ ਬਹਿਣ ਦੀ ਜਗ੍ਹਾ ਹੈ, ਜਾਂ ਕਿ ਇਹ ਕੋਈ ਮੰਦਰ ਸੀ। ਇਹ ਪਿੱਪਲ ਜਿਹੜਾ ਹੈ ਇਹ 60s ਦੇ ਵਿੱਚ ਇੱਥੇ ਉੱਗਿਆ। ਮੈਂ ਦੀ ਪੂਰੀ ਇਨਫੋਰਮੇਸ਼ਨ ਲਈ ਹੈ, ਇਹ ਰੋਂਗ ਇਨਫੋਰਮੇਸ਼ਨ ਲੋਕ ਦਿੰਦੇ ਰਹੇ ਨੇ ਕਿ ਵੀ ਇਹ ਪਿੱਪਲ, ਤੁਸੀਂ ਮੈਂ ਲਾਗੇ ਜਾ ਕੇ ਉਹਦਾ ਸਟਰਕਚਰ ਦਿਖਾਉਂਦਾ ਵਾਂ ਕਿ ਅਗਰ ਪਿੱਪਲ ਜਿਹੜਾ ਹੈ 80 ਈਅਰਸ ਤੋਂ ਅਬਵ ਹੋਵੇ ਜਾਂ 100 ਸਾਲ ਤੋਂ ਪੁਰਾਣਾ ਹੈ ਤਾਂ ਉਹਦੀ ਇਹ ਕੰਡੀਸ਼ਨ ਨਹੀਂ ਹੁੰਦੀ। ਮੈਂ ਕੁਛ ਤੁਹਾਨੂੰ ਦਿਖਾਉਂਦਾ ਜਾਵਾਂ ਇਹ ਆਸਾਰ ਜ਼ਮੀਨ ਦੇ ਨਾਲ ਨਾਲ ਜਿਹੜੇ ਨੇ, ਬਾਕਾਇਦਾ ਦੀਵਾਰਾਂ ਸਨ ਇੱਥੇ, ਠੀਕ ਹੈ ਜੀ। ਪੂਰਾ ਤਕਰੀਬਨ 8 ਕੋਨੇ ਸਨ ਇਹਦੇ। ਇਹ ਦੇਖੋ, ਇਹ ਰੋਇਨਸ ਨੇ, ਇਹ ਦੀਵਾਰਾਂ ਗਿਰੀਆਂ ਹੋਈਆਂ ਨੇ। ਐਂਸ਼ੀਅੰਟ ਜਿਹੜਾ ਇੱਥੇ ਦਾ ਸਟੋਨ ਹੈ ਉਸ ਨਾਲ ਇਹ ਸਾਰਾ ਕੁਝ ਬਣਿਆ ਹੋਇਆ ਸੀ। ਮੈਨੂੰ ਜਿਹੜਾ ਪਤਾ ਲੱਗਾ ਕਿ ਜਦੋਂ ਬਾਬਾ ਗੁਰੂ ਨਾਨਕ ਸਾਹਿਬ, ਬਾਬਾ ਗੁਰੂ ਨਾਨਕ ਸਾਹਿਬ ਜਦੋਂ ਇੱਥੋਂ ਗਏ ਨੇ ਲੰਘ ਕੇ, ਅਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਕਿਆਮ ਕੀਤਾ। ਔਰ ਛੱਟੀ ਪਾਤਸ਼ਾਹੀ ਦੇ ਗੁਰਦੁਆਰੇ ਵੀ ਜ਼ਿਆਦਾ ਉਸ ਜਗ੍ਹਾ 'ਤੇ ਬਣਾਏ ਗਏ ਨੇ ਕਿ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਹੋ ਕੇ ਗਏ। ਇਹ ਦੇਖੋ, ਇਹ ਲੰਗਰਖਾਨਿਆਂ ਦੀਆਂ ਰਹਿਣ ਦੀਆਂ ਜਗ੍ਹਾ ਦੀਆਂ ਫਾਊਂਡੇਸ਼ਨਸ ਜਿਹੜੀਆਂ ਨੇ ਉਹ ਅੱਜ ਵੀ ਮੌਜੂਦ ਨੇ, ਇਹ ਠੀਕ ਹੈ ਜੀ। ਲੋਕ ਇਸ ਬਾਰੇ ਸਹੀ ਇਨਫੋਰਮੇਸ਼ਨ ਨਹੀਂ ਦਿੰਦੇ, ਮੀਡੀਆ ਵੀ ਦੱਸਣ ਤੋਂ ਕਾਸਰ ਹੈ। ਲੇਕਿਨ ਮੈਂ ਅੱਜ ਪੂਰੀ ਤਹਿਕੀਕ ਤੋਂ ਬਾਅਦ, ਮੈਂ ਤਕਰੀਬਨ ਇਸ ਜਗ੍ਹਾ 'ਤੇ ਮੁਤਲਕ 10 ਮਹੀਨੇ ਹੋ ਗਏ ਨੇ ਲੱਗਾ ਵਾਂ। ਇਹ 92 ਦੇ ਵਿੱਚ ਇਹਦਾ ਗੁੰਬਦ ਗਿਰਾਇਆ ਗਿਆ, ਠੀਕ ਹੈ ਜੀ। ਚਾਰੋਂ ਪਾਸੇ ਇਹ ਵਾਹਿਦ ਉਹ ਜਗ੍ਹਾ ਹੈ ਜਿੱਥੇ ਚਾਰੋਂ ਪਾਸੇ ਬਾਬਾ ਗੁਰੂ ਨਾਨਕ ਸਾਹਿਬ ਦੀ ਤਸਵੀਰਾਂ ਬਣੀਆਂ ਹੋਈਆਂ ਸੀ। ਮੈਂ ਉਸਦੇ ਆਸਾਰ ਹਲੇ ਵੀ ਦਿਖਾਵਾਂਗਾ। ਪਹਿਲੇ ਤੁਹਾਨੂੰ ਮੈਂ ਕੋਲ ਜਾਂਦਿਆਂ ਹੋਇਆਂ ਇਹ ਦਿਖਾ ਦੇਵਾਂ ਕਿ ਇਹ ਉੱਤੋਂ ਜਿਹੜਾ ਇਹਦਾ ਨਾਨਕ ਸ਼ਾਹੀ ਇੱਟ ਜਿਹੜੀ ਹੈ 92 ਦੇ ਵਿੱਚ ਇਹਨੂੰ ਲੋਕ ਜਿੰਨੀ ਜਿਹੜੇ ਲੋਕ ਇਹਨੂੰ ਮੰਦਰ ਸਮਝਦੇ ਸੀ, ਮੰਦਰ ਸਮਝਣ ਤੋਂ ਬਾਅਦ ਇਹਨੂੰ ਗਿਰਾ ਦਿੱਤਾ ਗਿਆ। ਇਹ ਦੇਖੋ, ਇਹ ਉੱਪਰੋਂ ਜਿਹੜਾ ਉਹਨੂੰ ਥੱਲੇ ਸੱਟਿਆ ਗਿਆ ਸਾਰਾ ਕੁਝ। ਫਾਊਂਡੇਸ਼ਨ ਅੱਜ ਵੀ ਬਹੁਤ ਮਜ਼ਬੂਤ ਹੈ। ਇਹ ਦੇਖੋ ਤੁਸੀਂ, ਇਹ ਜੀ ਐਂਸ਼ੀਅੰਟ ਕੂਹਾਂ, ਵੈਲ ਹੈ, ਬਹੁਤ ਗਹਿਰਾ ਹੈ, ਇਹਦੀ ਕੋਈ ਸੇਫਟੀ ਨਹੀਂ ਹੈ। ਤਾਂ ਮੈਨੂੰ ਉੱਤੋਂ ਬਾਰਿਸ਼ਾਂ ਵੀ ਹੋਈਆਂ ਤਾਂ ਮੈਨੂੰ ਡਰ ਲੱਗ ਰਿਹਾ, ਮੈਂ ਬਹੁਤ ਜ਼ਿਆਦਾ ਕਲੋਜ਼ ਕਰਕੇ ਨਹੀਂ ਤੁਹਾਨੂੰ ਜਾ ਕੇ ਦਿਖਾਵਾਂਗਾ। ਲੇਕਿਨ ਇਹ ਤੁਸੀਂ ਦੇਖੋ, ਰੀਅਲ ਸਟੋਨ ਦੇ ਨਾਲ ਜਿਹੜਾ ਇਹਨੂੰ ਬਣਾਇਆ ਗਿਆ, ਔਰ ਨਾਲ ਨਾਲ ਸਾਰੀ ਇੰਕਰੋਚਮੈਂਟ ਹੋ ਚੁੱਕੀ ਹੈ। ਮੈਨੂੰ ਪਤਾ ਲੱਗਾ ਕਿ 120 ਵਿਘਾ ਜ਼ਮੀਨ ਜਿਹੜੀ ਸੀ ਇਹ ਛੋਟੇ ਜਿਹੇ ਸਥਾਨ ਦੇ ਨਾਮ 'ਤੇ ਸੀ, 120 ਵਿਘਾ ਜ਼ਮੀਨ। ਇਹ ਦੇਖੋ,
ਇਹ ਚਾਰੋਂ ਪਾਸੇ ਉੱਪਰਲੇ ਹਿੱਸੇ ਦੀਆਂ ਫਾਊਂਡੇਸ਼ਨਸ, ਇਹ ਮੇਰੇ ਨਾਲ ਬਹਿਰੀਆ ਇਨਕਲੇਵ ਜਿਹੜਾ ਇਹ ਬਣ ਗਿਆ, ਉਸ ਦੀਆਂ ਵਾਲਸ ਨੇ। ਔਰ ਕੁਛ ਸਾਲਾਂ ਬਾਅਦ ਜਦੋਂ ਇਹ ਟੈਂਕ ਸ਼ੈਂਕ ਚੁੱਕੇ ਜਾਣਗੇ, ਇੱਥੇ ਆਬਾਦੀ ਬਣ ਜਾਏਗੀ, ਬਹੁਤ ਉੱਚੇ ਉੱਚੇ ਘਰ ਬਣ ਜਾਣਗੇ, ਅਤੇ ਇਹ ਇਨਸ਼ੈਂਟ, ਮੈਂ ਪਰਦਾ ਚੁੱਕਦਾ ਜਾਵਾਂ ਕਿ ਇਨਸ਼ੈਂਟ ਗੁਰਦੁਆਰਾ, ਸਮਾਲ ਗੁਰਦੁਆਰਾ ਜਿਹੜਾ ਕਿ ਪ੍ਰਕਾਸ਼ ਅਸਥਾਨ ਵਾਸਤੇ ਇਹ ਜਗ੍ਹਾ ਯੂਜ਼ ਹੁੰਦੀ ਸੀ, ਉੱਚੀ ਜਗ੍ਹਾ ਨੂੰ ਐਜ਼ ਏ ਪ੍ਰਕਾਸ਼ ਅਸਥਾਨ ਯੂਜ਼ ਕੀਤਾ ਜਾਂਦਾ ਸੀ। ਮੈਂ ਬਹੁਤ ਜ਼ਿਆਦਾ ਸਾਰੇ ਲੋਕਾਂ ਨੂੰ ਪਹਿਲੇ ਵੀ ਦੱਸ ਚੁੱਕਿਆ ਵਾਂ ਕਿ ਸਾਡੇ ਇੱਥੇ ਕੁਛ ਗੁਰਦੁਆਰੇ ਐਸੇ ਨੇ, ਕਿਉਂਕਿ ਬਾਬਾ ਗੁਰੂ ਨਾਨਕ ਸਾਹਿਬ ਦਾ ਜਨਮ ਇੱਥੇ ਹੋਇਆ, ਸਿੱਖ ਧਰਮ ਦਾ ਜਨਮ ਇੱਥੋਂ ਹੋਇਆ। ਇੱਥੇ ਕੀ ਸੀ, ਬਹੁਤ ਜ਼ਿਆਦਾ ਸਾਰੇ ਲੋਕ ਇਸ ਚੀਜ਼ 'ਤੇ ਯਕੀਨ ਨਹੀਂ ਕਰਦੇ, ਉਹ ਸਿਰਫ਼ ਔਰ ਸਿਰਫ ਮਾਡਰਨ ਗੁਰਦੁਆਰਿਆਂ ਦੇ ਮੁਤਲਕ ਗੱਲ ਕਰਦੇ ਨੇ, ਲੇਕਿਨ ਉਹ ਜਿਹੜੇ ਇਨਸ਼ੀਅੰਟ ਗੁਰਦੁਆਰੇ ਨੇ ਉਹਨਾਂ ਦੀ ਸ਼ੇਪ ਜਿਹੜੀ ਸੀ ਉਸ ਵੇਲੇ ਮੰਦਿਰ ਔਰ ਗੁਰਦੁਆਰਾ ਬਹੁਤ ਕਮ ਡਿਫਰੈਂਸ ਸੀ ਉਹਦੇ ਵਿੱਚ। ਇਹ ਦੇਖੋ, ਮੈਂ ਥੱਲੇ ਸਿਰਫ ਇਸ ਵਾਸਤੇ ਲੈ ਕੇ ਆਇਆ ਕਿ ਮੈਂ ਫਾਊਂਡੇਸ਼ਨਸ ਦਿਖਾ ਸਕਾਂ ਕਿ ਜਿਹੜੀਆਂ 92 ਤੋਂ ਪਹਿਲੇ ਇਹਦੀ ਫਾਊਂਡੇਸ਼ਨਸ ਕਿੱਥੇ ਤੱਕ ਸਨ। ਇਹ ਦੇਖੋ, ਇਸ ਦੀ ਬਾਉਂਡਰੀਜ ਨੇ ਥੱਲੀਆਂ ਬੇਸ ਹੈ, ਇਹ ਉਤਲੀ ਬੇਸ ਹੈ, ਫਿਰ ਉੱਤੇ ਜਾ ਕੇ ਬਾਅਦ ਵਿੱਚ ਇਹ ਜਗ੍ਹਾ ਜਿਹੜੀ ਹੈ ਇਸਨੂੰ ਹੋਰ ਬਹੁਤ ਜ਼ਿਆਦਾ ਸਾਰੇ ਪਰਪਸ ਵਾਸਤੇ ਇਸਤੇਮਾਲ ਕੀਤਾ ਗਿਆ। ਮੈਂ ਇਸ ਵੇਲੇ ਉਹ ਦੱਸਣ ਦੇ ਮੂਡ ਵਿੱਚ ਤਾਂ ਨਹੀਂ ਹਾਂ ਕਿ ਇਹਨੂੰ ਕੀ ਕੀ ਯੂਜ਼ ਕੀਤਾ ਗਿਆ, ਲੇਕਿਨ ਮੈਂ ਆਓ ਤੁਹਾਨੂੰ ਮੈਂ ਉੱਤੇ ਲੈ ਜਾਵਾਂ, ਔਰ ਜਿਸ ਜਗ੍ਹਾ ਤੋਂ ਮੈਂ ਇਹਨੂੰ ਗੁਰਦੁਆਰਾ ਕਹਿੰਦਾ ਵਾਂ ਉਸ ਦੀ ਕੀ ਵਜ੍ਹਾ। ਇਹ ਦੇਖੋ, ਇਹ ਥੱਲੀ ਵਾਲ ਹੈ, ਇਸ ਤੋਂ ਥੱਲੇ ਵੀ ਇੱਕ ਵਾਲ ਹੈ, ਉਸ ਤੋਂ ਬਾਅਦ ਇਹ ਜਗ੍ਹਾ ਜਿਹੜੀ ਸੀ ਇੱਥੇ ਵਿਸਾਖੀ ਸੀ। ਇਹਦੇ ਨਾਲ ਨਾਲ ਨਾਲੇ ਲੱਗਦੇ ਨੇ, ਮੈਂ ਦਰਿਆ ਵੀ ਦਿਖਾਉਣਾ ਵਾਂ ਛੋਟੇ, ਜਿਹੜੇ ਕਿ ਆਉਂਦੇ ਸਨ ਮਰੀਅਲੀ ਸਾਈਡ ਤੋਂ। ਇਹ ਯਾਦਗਾਰ ਸਿੱਖ ਦੌਰ ਦੀ, ਬਾਬਾ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਤਿਆਰ ਕੀਤੀ ਗਈ ਹੈ। ਬੇਸ਼ੱਕ ਅਗਰ ਕੋਈ ਲੋਕ ਇਹਨੂੰ ਐਕਸੈਪਟ ਨਹੀਂ ਕਰਦੇ ਜਾਂ ਇਹਨੂੰ ਗੁਰਦੁਆਰਾ ਨਹੀਂ ਮੰਨਦੇ, ਠੀਕ ਹੈ, ਉਹਨਾਂ ਦੀ ਆਪਣੀ ਮਰਜ਼ੀ ਹੈ, ਮੇਰੀ ਜੋ ਤਹਿਕੀਕ ਹੈ, ਮੇਰੀ ਜੋ ਰਿਸਰਚ ਹੈ, ਮੈਂ ਉਹ ਜ਼ਰੂਰ ਦੱਸਾਂਗਾ। ਇਹ ਦੇਖੋ, ਆਓ ਮੈਂ ਤੁਹਾਨੂੰ ਦੂਜੇ ਪਾਸੇ ਲੈ ਚਵਾਂ। ਇਹ ਪਿੱਛੇ ਆਬਾਦ ਪੁਰਾਣਾ ਸ਼ਹਿਰ ਜਿਹੜਾ ਕਿ ਕੁਰੀ ਸੀ, ਇਹ ਦੇਖੋ ਜੀ, ਇਹ ਬਾਬਾ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ, ਔਰ ਫੇਸ ਦੇ ਉੱਤੇ ਦੀਵਾ ਬਾਲਣ ਦੀ ਜਗ੍ਹਾ ਬਣਾਈ ਗਈ ਸੀ ਜਿੱਥੇ ਫੇਸ ਆਉਂਦਾ ਸੀ, ਯਾਨੀ ਕਿ ਜਦੋਂ ਫੇਸ ਬਣਿਆ ਹੋਇਆ ਸੀ ਤਾਂ ਦਰਮਿਆਨ ਵਿੱਚ ਦੀਵਾ ਜਲਦਾ ਸੀ ਔਰ ਫੇਸ ਪੂਰਾ ਰੋਸ਼ਨ ਨਜ਼ਰ ਆਉਂਦਾ ਸੀ। ਬਸ ਉਸ ਵਕਤ ਦੇ ਲੋਕ ਜਿਸ ਤਰ੍ਹਾਂ ਦੀ ਪੇਂਟਿੰਗ ਕਰਦੇ ਸੀ ਜਾਂ ਜਿਸ ਹਿਸਾਬ ਦੀ ਪੇਂਟਿੰਗ ਕਰਦੇ ਸੀ, ਅਤੇ ਉਹਨਾਂ ਨੇ ਉਸ ਕੀਤੀ। ਇਹ ਉਤਲੇ ਪਾਸੇ ਬਾਬਾ ਮਰਦਾਨਾ ਔਰ ਉਹਨਾਂ ਦਾ ਰਬਾਬ ਪਿਆ ਹੋਇਆ। ਇਹ ਕੁਛ ਦੇਵਨਾਗਰੀ ਦੇ ਸਕ੍ਰਿਪਟ ਨੇ, ਠੀਕ ਹੈ ਜੀ, ਇਹ ਲਿਖੇ ਹੋਏ ਨੇ ਲੇਕਿਨ ਇਹ ਵਾਜ਼ੇ ਨਹੀਂ ਨੇ। ਇਹ ਦੇਖੋ, ਇਹ ਦੇਖੋ ਫੇਸ, ਇਸ ਸਿਰ ਦੇ ਉੱਤੇ ਪਗੜੀ, ਲੰਬੀ ਦਾੜੀ। ਇਨਸ਼ੀਅੰਟ ਜਿੰਨੇ ਵੀ ਗੁਰਦੁਆਰੇ ਨੇ ਉਹਨਾਂ ਦੇ ਕੋਲ ਜਿਹੜੀ ਬਾਬਾ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣੀ ਹੋਈ ਹੈ, ਇਹ ਸੇਮ ਉਹੀ ਪਿਕਚਰ ਹੈ, ਸੇਮ। ਆਓ ਮੈਂ ਅੰਦਰ ਲੈ ਚੱਲਾਂ। ਇਹ ਜਗ੍ਹਾ, ਇਸ ਜਗ੍ਹਾ ਦੇ ਉੱਤੇ ਰੈੱਡ ਸਟੋਨ ਨਾਲ ਬਣਿਆ ਹੋਇਆ ਪ੍ਰਕਾਸ਼ ਅਸਥਾਨ ਸੀ, ਠੀਕ ਹੈ ਜੀ, ਔਰ ਇਸ ਪਾਸੇ ਇਹ ਸਾਰਾ ਜਿਹੜਾ ਸੀ ਇਹਦੇ ਅੰਦਰ ਰੈੱਡ ਸਟੋਨ ਲੱਗਾ ਹੋਇਆ ਸੀ ਔਰ ਵਾਈਟ ਮਾਰਬਲ ਲੱਗਾ ਹੋਇਆ ਸੀ। ਇਹ ਦੇਖੋ, ਇਹਦੇ ਤੋਂ ਪੂਰਾ ਸਟੋਨ ਲਾਇਆ ਗਿਆ, ਉਤਾਰ ਲਿੱਤਾ ਗਿਆ। ਇਸ ਦੇ ਚਾਰ ਦਰਵਾਜ਼ੇ ਨੇ ਜੀ, ਠੀਕ ਹੈ ਜੀ, ਹਿੰਦੂ ਮੰਦਿਰ ਦੇ ਕਦੇ ਵੀ ਚਾਰ, ਹਿੰਦੂ ਮੰਦਿਰ ਦੇ ਹਮੇਸ਼ਾ ਇੱਕ ਦਰਵਾਜ਼ਾ ਹੁੰਦਾ, ਚਾਰ ਦਰਵਾਜ਼ੇ ਨਹੀਂ ਹੁੰਦੇ। ਚਾਰ ਦਰਵਾਜ਼ੇ ਹਮੇਸ਼ਾ
ਗੁਰਦੁਆਰਾ ਸਾਹਿਬ ਦੇ ਹੁੰਦੇ ਨੇ ਔਰ ਇਹਨੂੰ ਬਾਰਾਦਰੀ ਕਹਿੰਦੇ ਨੇ ਲੋਕ, ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਲਓ, ਮੈਂ ਤੁਹਾਨੂੰ ਚਾਰ ਦਰ ਦਿਖਾ ਰਿਹਾ ਵਾਂ। ਚਾਰ ਦਰ ਕਦੀ ਵੀ ਬਾਰਾਦਰੀ ਨਹੀਂ ਹੋ ਸਕਦੇ। ਚਾਰ ਫਿਰ ਚਾਰ ਦਾ ਮਤਲਬ ਤਾਂ ਚਾਰ ਹੀ ਹੈ ਨਾ, ਫੋਰ, ਅਤੇ ਫੋਰ ਚਾਰ ਦਾ ਮਤਲਬ ਫਿਰ ਹੋਇਆ ਕਿ ਇਹ 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 ਕੀ ਹੈ, ਇਹ ਚਾਰ ਦਰੀ ਹੈ, ਚਾਰ ਦਰੀ ਦਾ ਕੋਈ ਕੋਨਸੈਪਟ ਨਹੀਂ ਹੈ। ਇਹ ਦੇਖੋ ਵਾਲ ਆਰਟ ਅੱਜ ਵੀ ਮੌਜੂਦ ਹੈ, ਵਾਲ ਫਰੈਸਕੋ। ਇਹ ਦੇਖੋ ਕਿਸ ਕਦਰ ਸੋਹਣੇ ਸੋਹਣੇ ਫੁੱਲ ਕੱਢੇ ਹੋਏ ਸੀ। ਆਓ ਮੈਂ ਤੁਹਾਨੂੰ ਕੁਛ ਹੋਰ ਆਰਟ ਦਿਖਾਉਂਦਾ ਵਾਂ ਜਿਹੜਾ ਕਿ ਮੈਂ ਐਂਸ਼ੀਅੰਟ ਗੁਰਦੁਆਰਿਆਂ ਵਿੱਚ ਪਹਿਲੇ ਵੀ ਦਿਖਾਉਂਦਾ ਰਿਹਾ ਵਾਂ। ਇਹ ਦੇਖੋ ਸਪੈਸ਼ਲੀ ਫਰੂਟ ਦਾ ਯੂਜੇਜ ਬਹੁਤ ਜ਼ਿਆਦਾ ਸੀ। ਫਰੂਟ ਵਿੱਚ ਵੀ ਜਿਹੜਾ ਖਰਬੂਜ਼ਾ ਜ਼ਿਆਦਾ ਯੂਜ਼ ਕਰਦਾ ਕੀਤਾ ਜਾਂਦਾ ਸੀ ਔਰ ਇਸ ਵਿੱਚ ਵੀ ਖਰਬੂਜ਼ਾ ਬਣਿਆ ਹੋਇਆ ਬਕਾਇਦਾ ਤੌਰ ਦੇ ਉੱਤੇ। ਇੱਥੇ ਬਸ ਕੁਛ ਕੁਛ ਰਿਮਾਇੰਡਸ ਹੈ ਨੇ ਜਿਹੜੀਆਂ ਮੈਂ ਦਿਖਾ ਸਕਦਾ ਵਾਂ, ਬਾਕੀ ਤਾਂ ਬਿਲਕੁਲ ਖਤਮ ਹੋ ਗਿਆ। ਗੁਲਾਬ 92, ਬਾਬਰੀ ਮਸਜਿਦ ਦੀ ਸ਼ਹਾਦਤ ਦਾ ਗੁੱਸਾ ਬਹੁਤ ਜ਼ਿਆਦਾ ਸਾਰੇ ਗੁਰਦੁਆਰਿਆਂ 'ਤੇ, ਐਂਸ਼ੀਅੰਟ ਗੁਰਦੁਆਰਿਆਂ 'ਤੇ, ਸਤਿਗੁਰਿਆਂ 'ਤੇ ਬਹੁਤ ਜ਼ਿਆਦਾ ਸਾਰਾ ਇਹ ਬਾਅਦ ਵਿੱਚ ਨਿਕਲਿਆ ਹੋਇਆ। ਪਿੱਪਲ ਦਾ ਟ੍ਰੀ ਹੈ, ਠੀਕ ਹੈ ਜੀ, ਲੇਕਿਨ ਇਸ ਪਿੱਪਲ ਨੂੰ ਤੁਸੀਂ ਇਹਦੇ ਨਾਲ ਕੰਸਰਨ ਨਹੀਂ ਕਰ ਸਕਦੇ ਕਿਉਂਕਿ ਮੈਂ ਖੁਦ ਫਲੋਰੀਕਲਚਰ ਹਾਰਟੀਕਲਚਰ ਪੜ੍ਹਿਆ ਔਰ ਇਹ ਜਿਹੜਾ ਹੈ ਇਹ ਕੋਈ ਇਤਨਾ ਜ਼ਿਆਦਾ ਪੁਰਾਣਾ ਨਹੀਂ ਹੈ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ। ਮੈਂ ਤੁਹਾਨੂੰ ਜ਼ਰਾ ਫਿਰ ਦੂਰੋਂ ਇੱਕ ਵਾਰੀ ਥੋੜ੍ਹਾ ਜਿਹਾ ਇਹਦਾ ਵਿਊ ਦਿਖਾਉਂਦਾ ਚੱਲਾਂ। ਹਾਂ, ਗੱਲ ਹੋ ਰਹੀ ਸੀ ਵਿਸਾਖੀ ਨਹਾਉਣ ਦੀ ਕਿ ਵਿਸਾਖੀ ਇਹ ਜਿਹੜਾ ਨਾਲਾ ਹੈ, ਨਾਲਾ ਕਰੰਗ ਹੈ। ਬੱਚੇ ਕਰੰਗ ਆ ਰਹੀ ਹੈ, ਉਹ ਨਾਲਾ ਜੋ ਹੈ ਇਹ ਜੀ, ਦਰਿਆਏ ਕੁਰੰਗ ਵੀ ਕਹਿੰਦੇ ਨੇ ਇਹਨੂੰ, ਨਾਲਾ ਕੁਰੰਗ ਵੀ ਕਹਿੰਦੇ ਨੇ। ਇਹ ਦੇਖੋ ਇਹ ਕੁਰੰਗ ਹੈ, ਇਹ ਆ ਰਿਹਾ ਜੀ ਇਸਲਾਮਾਬਾਦ ਦੀ ਫੇਰਾ ਕਰਕੇ ਇਸ ਪਾਸੇ ਮਰੀ ਹੈ, ਮਰੀ ਵਾਲੇ ਪਾਸੋਂ ਪਾਣੀ ਆਉਂਦਾ ਸੀ ਔਰ ਇਹ ਕੁਰੰਗ ਗੁਜ਼ਰ ਰਹੀ ਹੈ। ਵਕਤ ਦੇ ਨਾਲ ਨਾਲ ਲੋਕਾਂ ਨੇ ਇਹਦੀ ਡਾਇਰੈਕਸ਼ਨ ਚੇਂਜ ਕਰ ਦਿੱਤੀ। ਇੱਥੇ ਲੋਕ ਵਿਸਾਖੀ ਨਹਾਉਣ ਆਉਂਦੇ ਸੀ, ਇਹ ਉਹ ਪਾਣੀ, ਠੀਕ ਹੈ ਜੀ, ਇੱਥੇ ਵਿਸਾਖੀ ਨਹਾ ਕੇ ਇਹ ਦੇਖੋ ਆ ਪਾਣੀ ਜਾ ਰਿਹਾ ਔਰ ਇਹ ਜਿਸ ਜਗ੍ਹਾ 'ਤੇ ਮੈਂ ਖਲੋਤਾ ਹੋਇਆ ਵਾਂ, ਇਹ ਜਗ੍ਹਾ ਜਿਹੜੀ ਹੈ ਫਾਰਮ ਹਾਊਸਿਸ ਬਣ ਰਹੇ ਨੇ, ਬਹੁਤ ਕੁਛ ਬਣ ਰਿਹਾ ਹੁਣ ਤਾਂ ਇੱਥੇ। ਇਹ ਦੇਖੋ ਇਹ ਹੌਲੀ ਵੈਲ ਜੀ, ਇੱਥੇ ਜਿਹੜੇ ਕਿ ਲੋਕ ਆਉਂਦੇ ਸਨ, ਖਿਦਮਤ ਗੁਜ਼ਾਰ ਰਹਿੰਦੇ ਸਨ, ਇੱਥੇ ਮਹੰਤ ਰਹਿੰਦੇ ਸਨ, ਉਹਨਾਂ ਦੇ ਰਹਿਣ ਦੀ ਜਗ੍ਹਾ, ਗੁਰੂ ਘਰ ਦੀ ਸੇਵਾ ਕਰਦੇ ਸੀ ਉਹਨਾਂ ਵਾਸਤੇ ਇਹ ਜਿਹੜਾ ਪਾਣੀ, ਲੰਗਰ, ਸਾਰਾ ਕੁਛ ਜਿਹੜਾ ਸੀ ਇੱਥੇ ਹੁੰਦਾ ਸੀ ਔਰ ਇੱਥੇ ਬਕਾਇਦਾ ਤੌਰ ਦੇ ਉੱਤੇ ਵਿਸਾਖ 'ਚ ਵਿਸਾਖੀ ਕੀਤੀ ਜਾਂਦੀ ਸੀ। ਮੈਂ ਜੀ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਦੀ ਪਾਕਿਸਤਾਨ। ਚਲੋ ਮੈਂ ਅੱਜ ਇੱਕ ਵੀਰ ਨੂੰ ਰਿਕੁਐਸਟ ਕਰਨਾ ਵਾਂ, ਮੈਂ ਤੁਹਾਨੂੰ ਆਪਣਾ ਅੱਜ ਫੇਸ ਦਿਖਾਉਂਦਾ ਵਾਂ ਸਾਹਮਣੇ, ਇਹਨਾਂ ਦੀ ਮੈਂ ਰਿਕੁਐਸਟ ਕਰਕੇ ਕਿ ਇਹ ਮੈਨੂੰ ਜਿਹੜਾ ਉਹ ਮੈਂ ਥੋੜ੍ਹੀ ਜਿਹੀ ਵੀਡੀਓ ਦੇ ਵਿੱਚ ਮੇਰਾ ਸਾਥ ਦੇਣ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦਾ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਦੀ ਪਾਕਿਸਤਾਨ। ਗੱਲ ਲੈਣੀ ਇੱਥੇ ਹੀ ਖਤਮ ਨਹੀਂ ਹੁੰਦੀ, ਗੱਲ ਇਹ ਵੇ ਕਿ ਮੇਰੇ ਇਸ ਪਾਸੇ ਵੇ ਕੁਰੀ ਸ਼ਹਿਰ, ਪੁਰਾਣਾ ਸ਼ਹਿਰ, ਠੀਕ ਹੈ ਜੀ, ਇਸ ਪਾਸੇ ਹੈ ਸਿੱਖ ਦੌਰ ਦਾ ਹੈੱਡਕੁਆਟਰ, ਇਹ ਰਾਵਲਪਿੰਡੀ ਔਰ ਇਹ ਬਿਜ਼ਨਸ ਘਰ, ਦਰਮਿਆਨ 'ਚ ਬਣਿਆ ਨਵਾਂ ਸ਼ਹਿਰ ਇਸਲਾਮਾਬਾਦ, ਠੀਕ ਹੈ ਜੀ। ਅਤੇ ਗੱਲ ਇਸ 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 ਅਮਰ ਦੀ ਹੈ ਕਿ ਇਹਨਾਂ ਤਾਰੀਖੀ ਇਮਾਰਤਾਂ ਨੂੰ, ਇਹਨਾਂ ਐਨਸ਼ੀਅੰਟ ਸਤਿਗੁਰਿਆਂ ਨੂੰ ਔਰ ਨਾਲ ਇਹਨਾਂ ਨੂੰ ਸੇਵ ਕਰਨ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਣਾ ਚਾਹੀਦਾ। ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਮੇਰੀ ਰਿਕੁਐਸਟ ਹੈ, VQ ਟਰੱਸਟ ਕੋਲੋਂ ਵੀ ਮੇਰੀ ਰਿਕੁਐਸਟ ਹੈ ਕਿ ਪਲੀਜ਼ ਪਲੀਜ਼ ਪਲੀਜ਼, ਬੀਇੰਗ ਆ ਹਿਸਟਰੀ ਆਫ ਦ ਸਟੂਡੈਂਟ, ਮੈਂ ਇੱਥੇ ਐਕਸਪਲੋਰ ਕਰਨਾ ਵਾਂ, ਮੈਂ ਲੋਕਾਂ ਨੂੰ ਸਿਰਫ ਦੱਸਣਾ ਵਾਂ ਕਿ ਹੈ ਹੈਰੀਟੇਜ, ਇਹ ਫਲਾਨੀ ਚੀਜ਼ ਜਿਹੜੀ ਹੈ ਇੱਥੇ ਮੌਜੂਦ ਹੈ। ਮੈਂ ਇਹਦੇ ਤਮਾਮ ਸਬੂਤ ਔਰ ਪਰੂਫ ਦਿੱਤੇ ਨੇ ਕਿ ਇਹ ਮੰਦਿਰ ਨਹੀਂ,
ਇਹਦੇ ਚਾਰ ਦਰ ਨੇ, ਇਹ ਇਨਸ਼ੀਅੰਟ ਗੁਰਦੁਆਰੇ ਦੀ ਹੈ ਔਰ ਇਹਦੇ ਦਰਮਿਆਨ 'ਚ ਪ੍ਰਕਾਸ਼ ਅਸਥਾਨ ਵੀ ਹੁੰਦਾ ਸੀ ਔਰ ਇੱਥੇ ਰੈੱਡ ਸਟੋਨ ਨਾਲ ਅੰਦਰ ਸਾਰਾ ਕੰਮ ਹੋਇਆ ਹੋਇਆ ਸੀ। ਵਾਲ ਫਰੈਸਕੋ ਵੀ ਸਾਰਾ ਦੱਸਦਾ ਹੈ ਕਿਉਂਕਿ ਇਨਸ਼ੀਅੰਟ ਜਿਹੜੀ ਗੁਰਮੁਖੀ ਤੋਂ ਪਹਿਲੇ ਜਿਹੜੀ ਸੀ ਲੈਂਗੁਏਜ ਸੀ ਦੇਵਨਾਗਰੀ ਸੀ। ਤਮਾਮ ਮੰਦਰਾਂ ਗੁਰਦੁਆਰਿਆਂ ਵਿੱਚ ਜਿਹੜੀ ਹੈ ਦੇਵਨਾਗਰੀ ਯੂਜ਼ ਹੁੰਦੀ ਸੀ। ਲੋਕ ਇਸ ਗੱਲ 'ਤੇ ਇਨਸਿਸਟ ਕਰਦੇ ਨੇ ਕਿ ਵੀ ਇਹ ਦੇਵਨਾਗਰੀ ਲਿਖੀ ਹੈ ਅਤੇ ਇਹ ਮੰਦਰ ਹੋਏਗਾ, ਇਸ ਤਰ੍ਹਾਂ ਨਹੀਂ ਹੋ ਸਕਦਾ, ਇੰਝ ਨਹੀਂ ਹੋ ਸਕਦਾ। ਲੈਂਗੁਏਜ ਮੈਂ ਐਸੇ ਵੀ ਗੁਰਦੁਆਰੇ ਦਿਖਾ ਸਕਦਾ ਜਿੱਥੇ ਉਰਦੂ ਲਿਖੀ ਹੋਈ ਹੈ, ਫਾਰਸੀ ਵੀ ਲਿਖੀ ਹੋਈ ਹੈ। ਵਕਤ ਦੇ ਨਾਲ ਹਰ ਚੀਜ਼ ਦਾ ਅੰਦਾਜ਼ ਬਦਲਦਾ, ਅਸੀਂ ਵੀ ਬਦਲੇ, ਤੁਸੀਂ ਵੀ ਬਦਲੇ, ਸਾਰਾ ਕੁਝ ਬਦਲ ਗਿਆ। ਮਾਡਰਨ ਸ਼ੇਪ ਦੇ ਗੁਰਦੁਆਰੇ ਆ ਗਏ, ਲੇਕਿਨ ਕਿਸੇ ਨੂੰ ਇਸ ਚੀਜ਼ ਦੇ ਮੁਤਲਕ ਜਿਹੜਾ ਉਹ ਨਹੀਂ ਪਤਾ ਹੈ ਕਿ ਵੀ ਇਹ ਚੀਜ਼ ਆਖਰ ਜਿਹੜੀ ਹੈ ਇਹਨਾਂ ਨੂੰ ਕਿਉਂ ਨਿਗਲੈਕਟ ਕੀਤਾ ਜਾਂਦਾ। ਕੋਈ ਇਹਨਾਂ ਨੂੰ ਮਹਾਰਾਜਾ ਸ਼ੇਰ ਸਿੰਘ ਨਾਲ ਜੋੜਦਾ ਹੈ, ਕੋਈ ਇਹਨਾਂ ਨੂੰ ਛੇਵੀਂ ਪਾਤਸ਼ਾਹ ਦੀ ਗੁਰੂ ਸਾਹਿਬ ਨਾਲ ਜੋੜਦਾ ਹੈ, ਲੇਕਿਨ ਇਹ ਉਹ ਜਗ੍ਹਾ ਨੇ ਜਿੱਥੋਂ ਐਨਸ਼ੀਅੰਟ ਤੌਰ ਦੇ ਉੱਤੇ ਜਦੋਂ ਤੁਸੀਂ ਮੈਂ ਇਸ਼ਾਰਾ ਦਿੱਤਾ ਕਿ ਵੀ ਇਸ ਪਾਸੇ ਇਹ ਦਰਦਰਾ ਇਸ ਪਾਸੇ ਦਿਖਾਉਣਾ, ਇਹ ਦੇਖੋ ਇਸ ਪਾਸੇ ਅਗਰ ਤੁਸੀਂ ਜਾਂਦੇ ਹੋ, ਗੁੰਜਾਨ ਆਬਾਦੀ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ, ਇਸ ਤੋਂ ਪਿੱਛੇ ਪਾਸੇ ਰਾਵਲਪਿੰਡੀ ਸ਼ਹਿਰ ਹੈ। ਰਾਵਲਪਿੰਡੀ ਸ਼ਹਿਰ ਔਰ ਮੇਰੇ ਤੁਸੀਂ ਇਹ ਦੇਖੋ, ਤੁਸੀਂ ਇਹ ਬਾਰਾਦਰੀ ਅਗਰ ਤੁਸੀਂ ਦੇਖੋ ਜਿਹਨੂੰ ਲੋਕ ਬਾਰਾਦਰੀ ਕਹਿੰਦੇ ਨੇ, ਮੈਂ ਅੱਜ ਇਸਦਾ ਪੋਲ ਤੁਹਾਡੇ ਸਾਹਮਣੇ ਆ ਕੇ ਖੋਲ ਦਿੱਤਾ ਕਿ ਇਹਦੇ 8 ਕਾਰਨਰ ਨੇ। 8 ਕਾਰਨਰ ਦੇ ਅੰਦਰ 8 ਕਾਰਨਰ ਵਾਲੀ ਬਣੀ ਹੋਈ ਜਿਹੜੀ ਹੈ ਦਰੀ ਹੈ, ਜਿਹਦੇ ਵਿੱਚ 4 ਦਰ ਨੇ, 12 ਦਰ ਨਹੀਂ ਹੈ। 4 ਦਰ ਹਮੇਸ਼ਾ ਗੁਰਦੁਆਰੇ ਦੇ ਹੁੰਦੇ ਨੇ ਔਰ ਜਾਂ ਕਿਸੇ ਸਮਾਧ ਦੇ ਹੁੰਦੇ ਨੇ। ਸਮਾਧ ਦੇ ਮੁਤਲਕ ਇੱਥੇ ਕੋਈ ਇਤਨਾ ਵੱਡਾ ਕੋਈ ਖਾਸ ਮੁਆਨ ਨਹੀਂ ਗੁਜ਼ਰਿਆ, ਜਾਂ ਸਿੱਖ ਦੌਰ ਦਾ ਕੋਈ ਐਡਾ ਵੱਡਾ ਇਸ ਜਗ੍ਹਾ ਦੇ ਉੱਤੇ ਬਾਦਸ਼ਾਹ ਜਾਂ ਰਾਜਾ ਨਹੀਂ ਗੁਜ਼ਰਿਆ ਕਿ ਜਿਹਦੀ ਇੰਨੀ ਜਿਹੜੀ ਹੈ ਉਹ ਇਤਨੀ ਵੱਡੀ ਜਗ੍ਹਾ ਦੇ ਉੱਤੇ ਸਾਰੀ ਬਣਾਈ ਜਾਏ। ਮੈਂ ਤੁਹਾਨੂੰ ਵਿਸਾਖੀ ਨਾਉਣ ਦਾ ਵੀ ਦੱਸਿਆ ਕਿ ਇਹ ਨਾਲ ਆ ਰਿਹਾ, ਦਰਿਆ ਆ ਰਿਹਾ, ਇਹ ਥੱਲੇ ਕੂੰਆਂ ਹੈ, ਮਹਾਨ ਦੇ ਰਹਿਣ ਦੀ ਜਗ੍ਹਾ, ਹਰ ਚੀਜ਼ ਮੈਂ ਦਿਖਾਈ ਹੈ। ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਹੈਰੀਟੇਜ ਆਫ ਦੀ ਪਾਕਿਸਤਾਨ ਪੰਜਾਬ ਪੇਜ, ਸੇਵ ਹਿਸਟੋਰੀਕਲ ਗੁਰਦੁਆਰਾਸ ਐਂਡ ਟੈਂਪਲਸ ਆਫ ਦੀ ਪਾਕਿਸਤਾਨ। ਬਹੁਤ ਸ਼ੁਕਰੀਆ ਜੀ। ਔਰ ਮੈਂ ਅੱਜ ਤੁਹਾਨੂੰ ਇਹ ਦਿਖਾ ਰਿਹਾ ਸੀ ਕੁਰੀ ਸ਼ਹਿਰ ਤੋਂ ਬਾਹਰ ਬਣੀ ਹੋਈ ਇੱਕ ਖੂਬਸੂਰਤ ਸਿੱਖ ਯਾਦਗਾਰ, ਠੀਕ ਹੈ ਜੀ। ਅਗਰ ਇਹਨੂੰ ਤੁਸੀਂ ਗੁਰਦੁਆਰਾ ਨਹੀਂ ਐਕਸੈਪਟ ਕਰਦੇ ਹੋ